ਔਰ ਲੋਕ ਜਿਹੜੇ ਨੇ ਆਪਣੇ ਮਹੱਲਿਆਂ ਦੇ ਪ੍ਰਧਾਨ ਕਿਉਂਕਿ ਇਹ ਡੈਮੋਕ੍ਰੇਸੀ ਦਾ ਨੀਂਹ ਹੈ ਜੀ ਬੇਸ ਹੈ ਇਹ ਜੇ ਚੰਗ ਨੀਂਹ ਚੰਗੀ ਹੋਵੇ ਤਾਂ ਬਿਲਡਿੰਗ ਚੰਗੀ ਬਣਦੀ ਤਾਂ ਮੈਂ ਇਹੀ ਤੁਹਾਡੇ ਜ਼ਰੀਏ ਅੱਜ ਅਪੀਲ ਕਰੂੰਗਾ ਚੰਗੇ ਬੰਦਿਆਂ ਨੂੰ ਜਿਤਾਓ ਆਪਣੀਆਂ ਗਲੀਆਂ ਨਾਲੀਆਂ ਸੀਵਰੇਜ ਅਵਾਰਾ ਪਸ਼ੂ ਗੰਦਗੀ ਦਾ ਜਿਹੜਾ ਮਸਲੇ ਨੇ 70 ਸਾਲ ਤੋਂ ਜਿਹੜੇ ਠੀਕ ਨਹੀਂ ਹੋਏ ਉਹ ਉਹਨਾਂ ਨੂੰ ਠੀਕ ਕਰੀਏ ਅਤੇ ਆਪਾਂ ਅੱਗੇ ਫਿਰ ਅੱਗੇ ਆ ਅਗਲੀ ਨੀਂਹ ਜਿਹੜੀ ਹੈ ਅਗਲੀ ਬਿਲਡਿੰਗ ਵਧੀਆ ਕਿਸਾਨੀ ਬਿੱਲਾਂ ਦੀ ਗੱਲ ਤਾਂ ਨਹੀਂ ਸੀ ਰੋਜ਼ 200 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਨੇ ਜੀ ਕੇਂਦਰ ਸਰਕਾਰ ਬੜੀ ਮਾੜੀ ਗੱਲ ਹੈ ਕੇਂਦਰ ਦਾ ਜਿਹੜਾ ਹੰਕਾਰ ਹੈ ਧੌਣ 'ਚ ਸਰੀਆ ਜਿਹੜਾ ਉਹ ਉਹਨਾਂ ਨੂੰ ਕੱਢਣਾ ਪਊਗਾ ਇਹ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ ਇਹ 'ਚ ਹੁਣ ਹਰ ਵਰਗ ਦਾ ਬੰਦਾ ਸ਼ਾਮਿਲ ਹੋ ਗਿਆ ਪਾਰਲੀਮੈਂਟ ਦੇ ਵਿੱਚ ਕੱਲ੍ਹ ਨੂੰ ਡਿਬੇਟ ਹੈ ਹਾਂਜੀ ਮੈਂ ਉੱਥੇ ਜਾ ਰਿਹਾ ਅਤੇ ਜਦ ਮੈਨੂੰ ਜਿੰਨਾ ਵੀ ਮੌਕਾ ਮਿਲੂਗਾ ਮੈਂ ਇਹੀ ਦੱਸੂੰਗਾ ਮੋਦੀ ਸਾਹਿਬ ਨੂੰ ਕਿ ਹੰਕਾਰ ਛੱਡੋ ਅਤੇ ਅੰਨਦਾਤੇ ਦੀ ਗੱਲ ਮੰਨੋ ਉਹਨੂੰ ਦੇਸ਼ ਧਰੋਹੀ ਉਹਨੂੰ ਉਹਨੂੰ ਜਾਂ ਕੋਈ ਹੋਰ ਉਹਦੇ ਐਲੀਗੇਸ਼ਨ ਲਾਉਣਾ ਬੰਦ ਕਰੋ ਉਹ ਤਾਂ ਚਿੜੀਆਂ ਤੋਤਿਆਂ ਵਾਸਤੇ ਆਪਦੀ ਜ਼ਮੀਨ 'ਚ ਦਾਣੇ ਵੀ ਛੱਡ ਦਿੰਦਾ ਵੀ ਇਹਨਾਂ ਦਾ ਰਿਸਕ ਵੀ ਨਹੀਂ ਤਾਂ ਲੋਕਲ ਸਰਕਾਰ ਜਿਹੜੀ ਹੈ ਉਹ ਧੱਕੇ ਕਰ ਰਹੀ ਹੈ ਸਾਡੇ ਵੀ ਬਹੁਤ ਸਾਰੇ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾਂ ਰੱਦ ਕਰਾਤੇ ਜਾਂ ਦੇਖੋ ਜੇ ਇੰਨਾ ਹੀ ਯਕੀਨ ਹੈ ਕਾਂਗਰਸ ਨੂੰ ਆਪਦੇ ਕੰਮ 'ਤੇ ਤਾਂ ਵੋਟਾਂ ਪੈ ਰਹਿਣ ਦਿਓ ਨਾ ਜੇ ਫਿਰ ਤੁਸੀਂ ਵਿਰੋਧੀ ਧਿਰ ਨੂੰ ਲੜਨ ਨਹੀਂ ਦੇਣਾ ਫਿਰ ਵੋਟਾਂ ਦਾ ਕੀ ਫਾਇਦਾ ਫਿਰ ਆਪੇ ਐਂ ਜਿੱਤ ਲਿਆ ਕਰੋ ਐਂ ਨੋਮੀਨੇਟ ਹੋ ਜਾਇਆ ਕਰੋ ਸਾਰੇ ਦੇਖੋ ਜੀ ਪੂਰੀ ਦੁਨੀਆ ਦੇ ਵਿੱਚ ਇਹ ਅੰਦੋਲਨ ਪਹੁੰਚ ਚੁੱਕਿਆ ਇਹ ਕਾਨੂੰਨ ਜਿਨ੍ਹਾਂ ਨੂੰ ਲਾਹੇਵੰਦ ਆ ਉਹ ਕਹਿੰਦੇ ਅਸੀਂ ਸਾਨੂੰ ਚਾਹੀਦਾ ਨਹੀਂ ਫਿਰ ਇਹਦਾ ਰੱਦ ਕਰਨ ਦਾ ਨੁਕਸਾਨ ਕਿਹਨੂੰ ਹੈ ਉਹੀ ਪੂੰਜੀਪਤੀਆਂ ਨੂੰ ਜਿਨ੍ਹਾਂ ਤੋਂ ਸਰਕਾਰ ਜਿਹੜੀ ਹੈ ਡਰਦੀ ਹੈ ਜਿਨ੍ਹਾਂ ਦੇ ਪੈਸੇ ਪੂਸੇ ਵਰਤਦੇ ਆ ਵੋਟਾਂ ਵੇਲੇ ਅਤੇ ਉਹਨਾਂ ਦੇ ਪੈਸੇ ਖਰਚਾ ਰੱਖੇ ਦਿੱਲੀ ਦੇ ਵਿੱਚ ਕਿਸਾਨ ਹੈ ਜਿਹੜੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਲਈ ਤੁਸੀਂ ਕੀ ਕਰ ਰਹੇ ਹਾਂ ਅਸੀਂ ਜਿੰਨਾ ਵੀ ਸਾਡੇ ਕੋਲ ਲੀਗਲ ਟੀਮ ਵੀ ਬਣਾਤੀ ਜਿੰਨੇ ਵੀ ਦਿੱਲੀ ਦੀਆਂ ਜੇਲ੍ਹਾਂ 'ਚ ਨੇ ਅਸੀਂ ਸਾਰਿਆਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦਾ ਉਹਨਾਂ ਨੂੰ ਅਸੀਂ ਲੀਗਲ ਏਡ ਵੀ ਦੇਵਾਂਗੇ ਵਕੀਲ ਵੀ ਦੇਵਾਂਗੇ ਕੇਸ